ਹੈਲੋ ਯਾਰ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਨਿਊਜ਼ 'ਤੇ ਮੇਰੀ ਅਤੇ ਫਰਕ ਖੋਖਰ ਭਾਈ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਕਿ ਇੱਕ ਮੇਰੀ ਬਿਸ਼ਨੋਈ ਦੇ ਨਾਲ ਲੋਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਹੈ, ਠੀਕ ਹੈ। ਉਹਦੇ ਬਾਰੇ 'ਚ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲੇ ਮੇਰਾ ਭਾਈਜਾਨ, ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਹੈਗਾ ਵਾਂ, ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ, ਆਪਣੀ ਆਰਮੀ ਦਾ, ਆਪਣੀ ਏਜੰਸੀਆਂ ਦਾ, ਆਪਣੀ ਪੁਲਿਸ ਦਾ। ਜਦੋਂ ਮੇਰੇ ਕੋਲੋਂ ਮੰਗਣਗੇ ਮੈਂ ਉਹਨਾਂ ਨੂੰ ਦਿਖਾ ਦਿਆਂਗਾ ਕਿ ਭਾਈਜਾਨ ਇਹਨਾਂ ਦੀ ਸਾਰੇ ਕਦੋਂ ਮੈਨੂੰ ਕਾਲ ਆਈ ਹੈ, ਕਦੋਂ ਇਹਦੀ ਮੇਰੀ ਗੱਲ ਹੋਈ ਹੈ, ਕਿੰਨਾ ਅਰਸਾ ਪਹਿਲੇ ਹੋਈ ਹੈ, ਔਰ ਕਿੰਨੇ ਵੀਡੀਓ ਅਪਲੋਡ ਕੀਤੀ ਔਰ ਕਿਸ ਤਰੀਕੇ ਵੀਡੀਓ ਅਪਲੋਡ ਹੋਈ ਹੈ, ਠੀਕ ਹੈ। ਮੈਂ ਉਸ ਤੋਂ ਇਲਾਵਾ ਕਿਸੇ ਬੰਦੇ ਨੂੰ ਜਵਾਬ ਦੇਣ ਦਾ ਕਾਇਲ ਨਹੀਂ ਹਾਂ। ਮੇਰੇ ਅਦਾਰੇ ਪਾਕਿਸਤਾਨ ਜ਼ਿੰਦਾਬਾਦ ਹੈ ਹਮੇਸ਼ਾ, ਪਾਕਿਸਤਾਨ ਆਰਮੀ ਵੀ ਜ਼ਿੰਦਾਬਾਦ ਹੈ, ਪਾਕਿਸਤਾਨ ਏਜੰਸੀ ਵੀ ਜ਼ਿੰਦਾਬਾਦ ਹੈ, ਮੇਰੀ ਹਮੇਸ਼ਾ ਜਾਨ ਉਹਨਾਂ ਵਾਸਤੇ ਹਾਜ਼ਰ ਹੈ, ਠੀਕ ਹੈ। ਅਤੇ ਦੂਸਰੇ ਨੰਬਰ 'ਤੇ ਜਦੋਂ ਵੀ ਮੈਨੂੰ ਮੇਰੇ ਅਦਾਰੇ ਬੁਲਾਉਣਗੇ ਮੈਂ ਜਾਵਾਂਗਾ। ਅਗਰ ਮੇਰੀ ਕੋਈ ਚੀਜ਼ ਉਹਨਾਂ ਨੂੰ ਵਿੱਚ ਮੈਂ ਗਿਲਟੀ ਆਉਂਦਾ ਵਾਂ, ਜਾਂ ਮੈਂ ਉਹਨਾਂ ਦੇ ਨਾਲ ਦੋ ਦਫ਼ਾ ਤੋਂ ਜ਼ਿਆਦਾ ਮੇਰੀ ਗੱਲ ਹੋਈ ਹੋਵੇ, ਜਾਂ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਿਲ ਹੋਵਾਂ, ਪਾਕਿਸਤਾਨ ਦਾ ਕੋਈ ਬੁਰਾ ਉਹ ਕੀਤਾ ਹੋਵੇ, ਜਾਂ ਉੱਧਰੋਂ ਕਿਸੇ ਦੂਸਰੇ ਉਹਨਾਂ ਦਾ ਇੰਡੀਆ ਦਾ ਕੋਈ ਬੁਰਾ ਸੋਚਿਆ ਵੀ ਹੋਵੇ ਜਾਂ ਕੁਛ ਵੀ ਇਸ ਤਰ੍ਹਾਂ ਦਾ, ਤਾਂ ਮੈਂ ਆਪਣੀ ਸਜ਼ਾ ਭੁਗਤਣ ਲਈ ਤਿਆਰ ਹਾਂ। ਨਾਲੋ ਯਾਰ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਨਿਊਜ਼ 'ਤੇ ਮੇਰੀ ਅਤੇ ਫਰਕ ਖੋਖਰ ਭਾਈ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਕਿ ਇੱਕ ਮੇਰੀ ਬਿਸ਼ਨੋਈ ਦੇ ਨਾਲ ਲੋਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਹੈ, ਠੀਕ ਹੈ। ਉਹਦੇ ਬਾਰੇ 'ਚ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲੇ ਮੇਰਾ ਭਾਈਜਾਨ, ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਹੈਗਾ ਵਾਂ, ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ, ਆਪਣੀ ਆਰਮੀ ਦਾ, ਆਪਣੀ ਏਜੰਸੀਆਂ ਦਾ, ਆਪਣੀ ਪੁਲਿਸ ਦਾ। ਜਦੋਂ ਮੇਰੇ ਕੋਲੋਂ ਮੰਗਣਗੇ ਮੈਂ ਉਹਨਾਂ ਨੂੰ ਦਿਖਾ ਦਿਆਂਗਾ ਕਿ ਭਾਈਜਾਨ ਇਹਨਾਂ ਦੀ ਸਾਰੇ ਕਦੋਂ ਮੈਨੂੰ ਕਾਲ ਆਈ ਹੈ, ਕਦੋਂ ਇਹਦੀ ਮੇਰੀ ਗੱਲ ਹੋਈ ਹੈ, ਕਿੰਨਾ ਅਰਸਾ ਪਹਿਲੇ ਹੋਈ ਹੈ, ਔਰ ਕਿੰਨੇ ਵੀਡੀਓ ਅਪਲੋਡ ਕੀਤੀ ਔਰ ਕਿਸ ਤਰੀਕੇ ਵੀਡੀਓ ਅਪਲੋਡ ਹੋਈ ਹੈ, ਠੀਕ ਹੈ। ਮੈਂ ਉਸ ਤੋਂ ਇਲਾਵਾ ਕਿਸੇ ਬੰਦੇ ਨੂੰ ਜਵਾਬ ਦੇਣ ਦਾ ਕਾਇਲ ਨਹੀਂ ਹਾਂ। ਮੇਰੇ ਅਦਾਰੇ ਪਾਕਿਸਤਾਨ ਜ਼ਿੰਦਾਬਾਦ ਹੈ ਹਮੇਸ਼ਾ, ਪਾਕਿਸਤਾਨ ਆਰਮੀ ਵੀ ਜ਼ਿੰਦਾਬਾਦ ਹੈ, ਪਾਕਿਸਤਾਨ ਏਜੰਸੀ ਵੀ ਜ਼ਿੰਦਾਬਾਦ ਹੈ, ਮੇਰੀ ਹਮੇਸ਼ਾ ਜਾਨ ਉਹਨਾਂ ਵਾਸਤੇ ਹਾਜ਼ਰ ਹੈ, ਠੀਕ ਹੈ। ਅਤੇ ਦੂਸਰੇ ਨੰਬਰ 'ਤੇ ਜਦੋਂ ਵੀ ਮੈਨੂੰ ਮੇਰੇ ਅਦਾਰੇ ਬੁਲਾਉਣਗੇ ਮੈਂ ਜਾਵਾਂਗਾ। ਅਗਰ ਮੇਰੀ ਕੋਈ ਚੀਜ਼ ਉਹਨਾਂ ਨੂੰ ਵਿੱਚ ਮੈਂ ਗਿਲਟੀ ਆਉਂਦਾ ਵਾਂ, ਜਾਂ ਮੈਂ ਕੋਈ ਉਹਨਾਂ ਦੇ ਨਾਲ ਦੋ ਦਫ਼ਾ ਤੋਂ ਜ਼ਿਆਦਾ ਮੇਰੀ ਗੱਲ ਹੋਈ ਹੋਵੇ, ਜਾਂ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਿਲ ਹੋਵਾਂ, ਪਾਕਿਸਤਾਨ ਦਾ ਕੋਈ ਬੁਰਾ ਉਹ ਕੀਤਾ ਹੋਵੇ, ਜਾਂ ਉੱਧਰੋਂ ਕਿਸੇ ਦੂਸਰੇ ਉਹਨਾਂ ਦਾ ਇੰਡੀਆ ਦਾ ਕੋਈ ਬੁਰਾ ਸੋਚਿਆ ਵੀ ਹੋਵੇ, ਜਾਂ ਕੁਛ ਵੀ ਇਸ ਤਰ੍ਹਾਂ ਦਾ, ਤਾਂ ਮੈਂ ਆਪਣੀ ਸਜ਼ਾ ਭੁਗਤਣ ਲਈ ਤਿਆਰ ਹਾਂ।